USA टाइम्स ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰ ਆ ਅੱਜ ਵੀ ਅਸੀਂ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰ ਲਈਏ ਤੋਂ ਪਹਿਲਾਂ ਕਿ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੁਰੂ ਕਰੀਏ ਇੱਕ ਓਰੇਗਨ ਦਾ ਵਿਅਕਤੀ ਜਿਹੜਾ ਉਹਦੀ ਗੱਲਬਾਤ ਤੁਹਾਡੇ ਨਾਲ ਸ਼ੁਰੂ ਕਰੀਏ ਜਿਹੜੀ ਕੱਲ ਗੱਲਬਾਤ ਹੋਈ ਸੀ ਅੱਜ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਨਡਿਕਟਮੈਂਟ ਨੂੰ ਲੈ ਕੇ ਉਹ ਅੱਜ ਸਾਰੀਆਂ ਖ਼ਬਰਾਂ ਦੇ ਵਿੱਚ ਉਹਦੀ ਚਰਚਾ ਰਹੀ ਲੋਕਾਂ ਨੇ ਵੱਖ-ਵੱਖੋ ਦੇ ਉੱਤੇ ਪ੍ਰਤੀਕ੍ਰਿਆਵਾਂ ਦਿੱਤੀਆਂ ਜਿੱਥੇ ਬਾਕੀ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਤਾਂ ਚਾਈਨੀਸੀ ਰਿਐਕਸ਼ਨਸ ਆਉਣੇ ਹੀ ਸੀਗੇ ਖਾਸ ਤੌਰ ਦੇਤੇ ਧਿਆਨ ਦਿੱਤਾ ਗਿਆ ਵੀ ਜਿਹੜੇ ਕੰਜ਼ਰਵਟਿਵ ਨੇ ਜਿਹੜੇ ਰਿਪਬਲਿਕਨ ਨੇ ਇਹ ਰਿਪਬਲਿਕਨ ਜਿੰਨੇ ਐਸ਼ ਵੇਲੇ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਸ਼ਾਮਲ ਨੇ ਰਾਸ਼ਟਰਪਤੀ ਦੇ ਉਮੀਦਵਾਰ ਦੀ ਦੌੜ ਦੇ ਵਿੱਚ ਸ਼ਾਮਲ ਨੇ ਉਹਨਾਂ ਨੇ ਡੋਨਲਡ ਟਰੰਪ ਦੀ ਇਸ ਇਨਡਿਕਟਮੈਂਟ ਦੇ ਉੱਤੇ ਕੀ ਰਿਐਕਟ ਕੀਤਾ ਉਹਨਾਂ ਨੇ ਕੀ ਕਿਹਾ ਖਾਸ ਕਰ ਮਾਈਕ ਪੈਂਸ ਜਿਹੜੇ ਆ ਉਹਦੇ ਉੱਤੇ ਕਾਫੀ ਜਿਆਦਾ ਕੰਟਰੋਵਰਸੀ ਹੋਈ ਹੈ ਜਿਹੜੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇਹਦੇ ਉੱਤੇ ਕੀਤਾ ਹੈ ਤੇ ਬਾਕੀ ਸਾਰਿਆਂ ਦਾ ਇੱਕ ਇੱਕ ਨਿੱਕੀ ਹੈ ਲਈ ਕਿਸ ਤਰ੍ਹਾਂ ਰਿਐਕਟ ਕਰ ਰਹੀ ਹੈ ਯਾ ਰਾਉਂਡ ਸੈਂਟਰਸ ਕਿਸ ਤਰ੍ਹਾਂ ਰਿਐਕਟ ਕਰ ਰਹੇ ਆ ਉਹਨਾਂ ਸਾਰੇ ਮਾਮਲਿਆਂ ਦੇ ਉੱਤੇ ਜਿਹੜੇ ਰਿਐਕਸ਼ਨ ਤੇ ਇਸ ਚੀਜ਼ ਨੂੰ ਫਿਰ ਇਹ ਦੇਖਿਆ ਗਿਆ ਵੀ ਅੱਗੇ ਜਿਹੜਾ ਆਉਣ ਵਾਲਾ ਸ਼ਮਾ ਆ ਉਹਦੇ ਵਿੱਚ ਐਜ਼ ਅ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਦੇ ਉਮੀਦਵਾਰ ਇਹਨਾਂ ਦੇ ਉੱਤੇ ਇਸ ਚੀਜ਼ ਦਾ ਕਿੰਨਾ ਕੁ ਚੰਗਾ ਜਾਂ ਮਾੜਾ ਜਿਹੜਾ ਅਸਰ ਪੈ ਸਕਦਾ ਆ ਕੀ ਇਹ ਸੱਚਮੇਂ ਇੱਕ ਪੋਲਿਟਿਕਲ ਸਾਹਕਤਾਬ ਆ ਰਾਜਨੀਤਿਕ ਤੌਰ ਦੇ ਉੱਤੇ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਵੀ ਜਿਹੜੀ 2.5 ਸਾਲ ਬਾਅਦ ਇਹਨਾਂ ਨੂੰ ਪਤਾ ਲੱਗਿਆ ਕਿ ਚਾਰਜ ਲਾਉਣੇ ਸੀਗੇ ਤੇ ਇਨਡਿਕਟਮੈਂਟ 2.5 ਸਾਲ ਬਾਅਦ ਕਿਉਂ ਹੋਈ ਆ ਜਾਂ ਇਹ ਸੱਚਮੇਂ ਜਿਹੜਾ ਕਾਨੂੰਨ ਆ ਉਹ ਜਿੱਦਾਂ ਕਿ ਹੈਗਾ ਵੀ ਟਾਈਮ ਤਾਂ ਲੱਗ ਸਕਦਾ ਪਰ ਉਹ ਆਪਣੀ ਗੱਲਬਾਤ ਨੂੰ ਵਿੱਚ ਵਿਚਾਲੇ ਨਹੀਂ ਛੱਡਦਾ ਤੇ ਇਹ ਹੋ ਰਿਹਾ ਉਹ ਚਰਚਾ ਜੀ ਕਾਫੀ ਉਹਦੇ ਬਾਰੇ ਚੱਲਦੀ ਰਹੀ ਹੈ ਹੁਣ ਉਹਨੇ ਅੱਜ ਦੀਆਂ ਜਿਹੜੀਆਂ ਗੱਲਬਾਤਾਂ ਉਹਦੇ ਬਾਰੇ ਇੱਕ ਔਰੇਗਨ ਦਾ ਵਿਅਕਤੀ ਉਹ ਆਪਣੇ ਆਪ ਨੂੰ ਕਹਿੰਦਾ ਮੈਂ ਅੰਡਰਕਵਰ ਪੁਲਿਸ ਆਫੀਸਰ ਹਾਂ ਤੇ ਪਿਛਲੇ ਮਹੀਨੇ ਉਹਨੇ ਇੱਕ ਔਰਤ ਨੂੰ ਸਿਆਟਲ ਤੋਂ ਕਡਨੈਪ ਕਰ ਲਿਆ ਕਡਨੈਪ ਕਰਕੇ ਉਹਨੂੰ ਸੈਕਸ਼ੂਅਲੀ ਹਰਾਸ ਕੀਤਾ ਬਹੁਤ ਗਲਤ ਕੰਮ ਉਹਦੇ ਨਾਲ ਕੀਤਾ ਉਹਨੂੰ ਕਾਰ ਦੇ ਵਿੱਚ ਪਿੱਛੇ ਉਹਦੇ ਹੱਥ ਕੜੀ ਲਾ ਕੇ ਕਾਰ ਦੇ ਆਪਣੇ ਪਿੱਛੇ ਛੱਟ ਕੇ ਤੇ ਘਰ ਲੈ ਗਿਆ ਔਰ ਇਹ ਗੰਦੇ ਵਿੱਚ ਘਰ ਲੈ ਜਾ ਕੇ ਉਹਨੇ ਇੱਕ ਸੈੱਲ ਬਣਾਇਆ ਹੈ ਗਰਾਜ ਦੇ ਵਿੱਚ ਉਹਦੇ ਵਿੱਚ ਉਹਨੂੰ ਰੱਖਿਆ ਤੇ ਕਿਸੇ ਨਾ ਕਿਸੇ ਤਰ੍ਹਾਂ ਉਹ ਅਕੱਲ ਜਣੀ ਬੁੱਧਵਾਰ ਨੂੰ ਉਤੋਂ ਬਚ ਕੇ ਬਾਹਰ ਆ ਗਈ ਤੇ ਉਹਨੇ ਆ ਕੇ ਕਹਾਣੀ ਦੱਸੀ ਹੈ ਵੀ ਇੱਥੇ ਇਸ ਤਰ੍ਹਾਂ ਦੇ ਲੋਕ ਵੀ ਹੈਗੇ ਆ ਆਪਣਾ ਆਪਣਾ ਵਿਚਾਰ ਰੱਖਿਆ ਜਾਵੇ ਅਥਾਰਟੀਜ਼ ਇਹ ਕਹਿੰਦੀਆਂ ਆ ਕਿ ਨਾਗੇਸੀ ਜ਼ੁਬੇਰੀ ਇਹਦਾ ਨਾਮ ਦੱਸਦੇ ਆ 29 ਸਾਲ ਦੀ ਉਮਰ ਆ ਇਹਨੂੰ ਰੈਸਟ ਕੀਤਾ ਨਵਾਡਾ ਤੋਂ ਤੇ ਨਵਾਡਾ ਤੋਂ ਇਹਨੂੰ ਰੈਸਟ ਕਰਨ ਤੋਂ ਬਾਅਦ ਇਹਦਾ ਜਿਹੜਾ ਸੈਕਸੂਅਲ ਅਸੌਲਟਸ ਦੇ ਨਾਲ ਜੋੜਿਆ ਗਿਆ ਕਿ ਟੁਕਾ ਟਚਾਰ ਹੋਰ ਸਟੇਟਾਂ ਦੇ ਵਿੱਚ ਜਿੱਥੇ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਕਿ ਇਹ ਹੋਰ ਕਿੱਥੇ ਕਿੱਥੇ ਇਨਵੋਲਡ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਇਹ ਕਹਿੰਦੀ ਆ ਵੀ ਦੁੱਖ ਇਸ ਗੱਲ ਦਾ ਆ ਵੀ ਵਿਕਟਮ ਹੋਰ ਬਹੁਤ ਆ ਤੇ ਉਹਨਾਂ ਨੂੰ ਇਹ ਇਹਨੂੰ ਹੁਣ ਬਾਕੀ ਚੀਜ਼ਾਂ ਜਿਹੜੀਆਂ ਲੱਭ ਰਾਇਆ ਕੱਲ ਜਿਹੜੀ ਪ੍ਰੈਸ ਕਾਨਫਰੈਂਸ ਕੀਤੀ ਹੈ ਇਹਨਾਂ ਨੇ ਪੋਰਟੈਂਟ ਆਫਿਸ ਦੇ ਵਿੱਚ FBI ਨੇ ਉਹਦੇ ਵਿੱਚ ਨਿਊਜ਼ ਕਾਨਫਰੈਂਸ ਦੇ ਵਿੱਚ ਇਹ ਸਾਰੀ ਜਾਣਕਾਰੀ ਦਿੱਤੀ ਹੈ ਮਿਸਟਰ ਜ਼ੁਬੈਰੀ ਇਹਨੂੰ ਕਸਟਡੀ ਦੇ ਵਿੱਚ ਲਿਆ ਗਿਆ ਜਿਹੜੇ ਇਹਨੂੰ ਸਪੌਟ ਕੀਤਾ ਦੋ ਨਵਾਡਾ ਪੁਲਿਸ ਆਫੀਸਰਸ ਨੇ ਇਹਦੀ ਵਾਈਫ ਤੇ ਇਹਦੇ ਬੱਚਿਆਂ ਦੇ ਨਾਲ வால்ਮਾਰਟ ਪਾਰਕਿੰਗ ਲੋਟ ਰੈਨੋ ਦੇ ਵਿੱਚ ਜਿਹੜੇ ਇਹਦਾ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਕਿ ਫੈਡਰਲ ਕੋਰਟ ਮੈਡਫੋਰਡ ਆਰਲੈਂਡ ਕੋਰਕਨ ਦੇ ਵਿੱਚ ਉੱਥੇ ਦੱਸਿਆ ਗਿਆ ਹੁਣ ਇਹਦੇ ਜਿਹੜੇ ਕਿਡਨਾਪਿੰਗ ਦੇ ਚਾਰजेस ਜਿਹੜੀ ਤੇ ਹੋਰ ਜਿਹੜੇ ਹੈਗੇ ਆ ਉਹ ਇਹਦੇ ਉੱਤੇ ਲਾਏ ਜਾ ਰਹੇ ਆ ਤੇ ਹੁਣ ਜੁਲਾਈ 15 ਨੂੰ ਇੱਕ ਦਿਨ ਪਹਿਲਾਂ ਜਦੋਂ ਅਰੈਸਟ ਹੋਇਆ ਕਹਿੰਦੇ ਮਿਸਟਰ ਜ਼ੁਬੈਰੀ ਜਿਹੜਾ ਇਹ ਸਿਆਟਲ ਦੀ ਔਰਤ ਸੀ ਉਹਨੂੰ ਉੱਥੇ ਲੈ ਕੇ ਗਿਆ ਆ ਤੇ ਉਹ ਮਤਲਬ ਇਹ ਸਾਰੇ ਕੁਝ ਤੋਂ ਬਾਅਦ ਉਹ ਕਿਸੇ ਤਰ੍ਹਾਂ ਜਦੋਂ ਬਚੀ ਆ ਤੇ ਉਹਨੂੰ ਜਿਹੜਾ ਇਹਨੇ ਉਹਨੂੰ ਔਰਤ ਨੂੰ ਕਹਿੰਦਾ ਵੀ ਮੈਂ ਅੰਡਰ ਕਵਰ ਪੁਲਿਸ ਆਫੀਸਰ ਆ ਤੇ ਮੈਨੂੰ ਤੈਨੂੰ ਕਸਟਡੀ ਦੇ ਵਿੱਚ ਲੈਣਾ ਪੈਣਾ ਤੇ ਉਹਨੂੰ ਇਹ ਲੈ ਕੇ ਹੈਂਡਕਫ ਕਰਕੇ ਬੈਕ ਸੀਟ ਦੇ ਉੱਤੇ ਸਿੱਟ ਕੇ ਆਪਣੇ ਵਹੀਕਲ ਨੂੰ ਸਿਆਟਲ ਤੋਂ ਉੱਥੇ ਤੱਕ ਲੈ ਗਿਆ ਆਪਣੇ ਕਲਮਥ ਫਾਲਸ ਓਰੇਗਨ ਤੱਕ ਸਿਆਟਲ ਤੋਂ ਕਲਮਥ ਫਾਲ ਓਰੇਗਨ 450 ਮੀਲ ਦੂਰ ਆ ਮਤਲਬ ਉੱਥੇ ਤੱਕ ਲੈ ਗਿਆ ਇਹੀ ਕਹਿੰਦਾ ਵੀ ਮੈਂ ਪੁਲਿਸ ਆਲਾ ਆ ਤੇ ਮੈਂ ਤੈਨੂੰ ਗ੍ਰਿਫਤਾਰ ਕੀਤਾ ਤੇ ਇੱਕ ਪੁਆਇੰਟ ਦੇ ਉੱਤੇ ਜਾ ਕੇ ਉਹਨੇ ਜਿਹੜਾ ਉਹਨੂੰ ਮਤਲਬ ਕਾਰ ਪੋਲਓਵਰ ਕੀਤੀ ਪਾਸੇ ਤੇ ਉਹਨੂੰ ਮਤਲਬ ਗਲਤ ਕੰਮ ਕਰਨ ਦੇ ਲਈ ਆਪਣੇ ਨਾਲ ਉਹ ਮਜਬੂਰ ਵੀ ਕੀਤਾ ਤੇ ਜਦੋਂ ਫਿਰ ਉਹ ਘਰ ਪਹੁੰਚ ਗਿਆ ਉੱਥੇ ਉੱਥੇ ਜਾ ਕੇ ਉਹਨੇ ਜਿਹੜਾ ਇੱਕ ਸੈੱਲ ਬਣਾਇਆ ਹੈ ਜਿਹੜਾ ਗਰਾਜ ਦੇ ਵਿੱਚ ਤੇ ਉੱਥੇ ਉਹਨੂੰ ਰੱਖਿਆ ਬਿਲਕੁਲ ਉਸੇ ਤਰ੍ਹਾਂ ਵੀ ਜਿੱਦਾਂ ਕੋਈ ਅੰਡਰਕਵਰ ਪੁਲਿਸ ਆਫੀਸਰ ਕਿਸੇ ਨੂੰ ਲੈ ਕੇ ਗਏ ਹੁਣ ਤੇ ਉੱਥੇ ਮੈਟਲ ਦੇ ਡੋਰ ਬਲॉक्स ਇੰਸਟਾਲ ਕੀਤੇ ਆ ਤੇ ਉਹਨੂੰ ਸਾਰੇ ਕੁਝ ਨੂੰ ਮਤਲਬ ਉਸ ਤਰੀਕੇ ਦੇ ਨਾਲ ਬਣਾਇਆ ਆ ਉਹ ਕਹਿੰਦਾ ਮਤਲਬ ਉਹਨੂੰ ਉੱਥੇ ਉਹਨੇ ਕੁਝ ਘੰਟੇ ਉੱਥੇ ਰੱਖਿਆ ਤੇ ਬਾਅਦ ਚ ਉਹਨੂੰ ਕਹਿੰਦਾ ਵੀ ਮੈਂ ਕੁਝ ਪੇਪਰਵਰਕ ਕਰਨਾ ਤੇ ਮੈਂ ਤੇਰੀ ਕੰਪਲੇਂਟ ਦੇ ਨਾਲ ਪੇਪਰਵਰਕ ਕਰਨ ਦੇ ਲਈ ਚੱਲਿਆ ਆ ਤੇ ਫਿਰ ਉਹਨੂੰ ਉਹਨੇ ਜਿਹੜਾ ਉਥੋਂ ਹੋ ਚਲੇ ਗਿਆ ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਉਥੋਂ ਬਚ ਗਈ ਤੇ ਉਹਨੇ ਬਚ ਕੇ ਆ ਕੇ ਆਪਣੀ ਘਾੜੀ ਜਿਹੜੀ ਹੈ ਬਾਹਰ ਲੋਕਾਂ ਦੇ ਨਾਲ ਸਾਂਝੀ ਕੀਤੀ ਆ ਸੋ ਭਾਵੇਂ ਅਮਰੀਕਾ ਪਰ ਫਿਰ ਵੀ ਇੱਥੇ ਕਣਕ ਦੇ ਵਿੱਚ ਕਾਂਗਿਆਰੀ ਕਿਤੇ ਨਾ ਕਿਤੇ ਹੋ ਜਾਂਦੀ ਆ ਚੰਗੇ ਲੋਕਾਂ ਦੇ ਵਿੱਚ ਮਾੜੇ ਲੋਕ ਵੀ ਰਹਿੰਦੇ ਆ ਜਿਹੜੇ ਪੁਲਿਸ ਦਾ ਬੀ ਸਟਾਰਕ ਨੇ ਆਪਣੇ ਆਪ ਨੂੰ ਇਦਾਂ ਪੋਜ਼ ਕਰਕੇ ਕਿ ਮੈਂ ਪੁਲਿਸ ਵਾਲਾ ਆ ਇਦਾਂ ਦੇ ਗਲਤ ਕੰਮ ਕਰਦੇ ਆ ਪਰ ਪੁਲਿਸ ਨੇ ਉਹਨੂੰ ਫੜ ਲਿਆ ਤੇ ਕੁਦਰਤੀ ਤੌਰ ਤੇ ਹੁਣ ਬਣਦੀ ਸਜ਼ਾ ਉਹਨੂੰ ਮਿਲੂਗੀ ਅਗਲੀ ਗੱਲ ਵਾ ਦੋਸਤੋ ਦੋ ਗਵਰਨਰਸ ਦੇ ਵਿੱਚ ਡਿਬੇਟ ਨੂੰ ਲੈ ਕੇ ਆ ਡਿਬੇਟ ਆਮ ਤੌਰ ਤੇ ਇਲੈਕਸ਼ਨ ਦੇ ਵਿੱਚ ਹੁੰਦਾ ਇਲੈਕਸ਼ਨ ਦੇ ਨੇੜੇ ਹੁੰਦਾ ਤੇ ਕਈ ਵਾਰੀ ਇੱਕ ਗਵਰਨਰ ਜਿਹੜਾ ਦੂਜੇ ਗਵਰਨਰ ਨੂੰ ਪਿਛਲੇ ਸਾਹਮਣੇ ਤੋਂ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਜੀ ਗੱਲਬਾਤ ਚੱਲਦੀ ਆਉਂਦੀ ਸੀ ਟਸਲ ਜੀ ਇੱਕ ਤਰ੍ਹਾਂ ਟੀਚਰ ਜੀ ਕਰਨੀ ਇੱਕ ਦੂਜੇ ਨੂੰ ਕੈਲੀਫੋਰਨੀਆ ਦਾ ਗਵਰਨਰ ਗੈਵਨ ਨਿਊਸੋ ਤੁਹਾਨੂੰ ਪਤਾ ਕਿ ਚੰਗੇ ਹੋ ਗਵਰਨਰ ਜਿਹੜੇ ਗੈਵਨ ਨਿਊਸੋ ਨਾ ਬੜੇ ਮਤਲਬ ਲਿਬਰਲ ਗਵਰਨਰ ਆ ਹੋ ਕੈਲੀਫੋਰਨੀਆ ਦੇ ਤੇ ਟੌਂਟਿੰਗ ਵੇ ਦੇ ਨਾਲ ਉਹ ਚੈਲੰਜ ਕਰਨਾ ਸੀ ਰਾਉਂਡ ਸੈਂਟਰਸ ਨੂੰ ਰਾਉਂਡ ਸੈਂਟਰਸ ਫਲੋਰੀਡਾ ਦਾ ਗਵਰਨਰ ਆ ਤੁਹਾਨੂੰ ਪਤਾ ਕਿ ਕੰਜ਼ਰਵੇਟਿਵ ਗਵਰਨਰ ਆ ਹੋ ਵੀ ਮੇਰੇ ਨਾਲ ਡਿਬੇਟ ਕਰੋ ਸਟੇਟ ਦੀਆਂ ਪਾਲਿਸੀਜ਼ ਨੂੰ ਲੈ ਕੇ ਤੁਸੀਂ ਕੀ ਕਹਿੰਦੇ ਹੋ ਅਸੀਂ ਕੀ ਕਹਿੰਦੇ ਹਾਂ ਸਿੱਧੀ ਗੱਲਬਾਤ ਕਰ ਲਓ ਸਾਡੇ ਨਾਲ ਡਿਬੇਟ ਕਰ ਲਓ ਉਹ ਗੱਲਬਾਤ ਚੱਲਦੀ ਆਉਂਦੀ ਸੀ ਤੇ ਹੁਣ ਉਸ ਗੱਲ ਦੇ ਉੱਤੇ ਇਹ ਸਹਿਮਤੀ ਹੋ ਗਈ ਆ ਰਾਉਂਡ ਸੈਂਟਰ ਸਹਿਮਤ ਹੋ ਗਿਆ ਕਹਿੰਦੇ ਠੀਕ ਆ ਤੁਸੀਂ ਆਫਰ ਕਰਦੇ ਆ ਤਾਂ ਮੈਂ ਬਹਿਸ ਕਰਨ ਨੂੰ ਤਿਆਰ ਆ ਤੇ ਬਹਿਸ ਵੀ ਉਹ ਹੁਣ ਫੌਕਸ ਨਿਊਜ਼ ਦੇ ਜਿਹੜੇ ਹੋਸਟ ਆ ਸ਼ਾਨ ਹੈਮਨਿਟੀ ਉਹਦੇ ਸ਼ੋਅ ਦੇ ਵਿੱਚ ਕਰਨ ਨੂੰ ਮੰਨ ਗਿਆ ਤੁਹਾਨੂੰ ਪਤਾ ਕਿ ਜਿਹੜਾ ਫੌਕਸ ਨਿਊਜ਼ ਆਪਣੇ ਆਪ ਤੇ ਵਿੱਚ ਇੱਕ ਰਾਈਟ ਵਿੰਗ ਨਿਊਜ਼ ਚੈਨਲ ਆ ਤੇ ਜਿਹੜੇ ਸ਼ੌਨ ਹੈਨਟੀ ਆ ਉਹ ਆਪਣੇ ਆਪ ਦੇ ਵਿੱਚ ਹੀ ਕੰਜ਼ਰਵਟਿਵ ਇੱਕ ਟਾਕ ਸ਼ੋਅ ਹੋਸਟ ਆ ਰੇਡੀਓ ਦੇ ਉੱਤੇ ਵੀ ਤੇ ਫੌਕਸ ਦੇ ਉੱਤੇ ਵੀ ਹੁਣ ਬੁੱਧਵਾਰ ਨੂੰ ਕੱਲ ਰਾਉਂਡ ਸੈਂਟੈਂਸ ਨੇ ਇਹ ਚੈਲੰਜ ਐਕਸੈਪਟ ਕਰ ਲਿਆ ਆ ਤੇ ਉਹ ਕਹਿੰਦੇ ਵੀ ਤੁਸੀਂ ਸੁਣਿਆ ਹੋਣਾ ਪੱਤਰਕਾਰ ਉਹਨਾਂ ਨੇ ਦੱਸਿਆ ਵੀ ਗੈਵਨ ਨਿਊਸਨ ਨੇ ਚੈਲੰਜ ਦਿੱਤਾ ਹੈ ਤੇ ਮੈਂ ਇਸ ਚੀਜ਼ ਨੂੰ ਸਵੀਕਾਰ ਕਰਦਾ ਆ ਤੇ ਉਹ ਕਹਿੰਦੇ ਵੀ ਤੁਸੀਂ ਮੈਨੂੰ ਦੱਸ ਦਿਓ ਜਗ੍ਹਾ ਕਿਹੜੀ ਤੇ ਤਰੀਕ ਕਿਹੜੀ ਤਰੀਕ ਕਹਿੰਦੇ 8 ਜਾਂ 10 ਨਵੰਬਰ ਹੋਈ ਆ ਕਿ ਜਿਹੜਾ ਨਿਊਸ਼ਾ ਉਹਨਾਂ ਨੇ ਆਊਟਲਾਈਨ ਜੀ ਕੀਤਾ ਪ੍ਰਪੋਜ਼ ਜਿਹੜੀਆਂ ਟਰਮਸ ਹੈਗੀਆਂ 8 ਜਾਂ 10 ਨਵੰਬਰ ਲੋਕੇਸ਼ਨ ਉਹ ਕਹਿੰਦੇ ਜਾਰਜੀਆ ਨਵਾਰਡਾ ਦੇ ਵਿੱਚ ਜਾਂ ਨਾਰਥ ਕੈਰੋਲਾਈਨਾ ਦੇ ਵਿੱਚ ਤੇ ਫੋਕਸ ਹੋਊਗਾ ਇਮਪੈਕਟ ਆਫ ਰਿਪਰੈਜਨਟੇਸ਼ਨ ਐਟ ਸਟੇਟ ਲੈਵਲ ਇਮਪੈਕਟ ਔਨ ਦਾ ਇਮਪੈਕਟ ਆਫ ਰਿਪਰੈਜਨਟੇਸ਼ਨ ਐਟ ਸਟੇਟ ਲੈਵਲ ਦੋਵੇਂ ਜਿਹੜੇ ਇਹ ਵੱਡੇ ਨਾਂ ਨੇ ਆਪਾਂ ਸਾਰੇ ਜਾਣਦੇ ਆ ਚਾਹੇ ਗੈਵਨ ਨਿਊਸ਼ਮ ਨੇ ਇਹਨਾਂ ਨੇ ਜਿਹੜਾ ਤੁਹਾਨੂੰ ਪਤਾ ਕਿ ਹਾਲਾਂਕਿ ਰਾਉਂਡ ਸੈਂਟਸ ਐਸ ਵਾਰੀ ਅਮਰੀਕਾ ਦੇ ਵਿੱਚ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਉਮੀਦਵਾਰ ਦੀ ਦੌੜ ਦੇ ਵਿੱਚ ਸ਼ਾਮਲ ਆ ਉਹ ਚਾਹੁੰਦੇ ਆ ਕਿ ਡੋਨਲਡ ਟਰੰਪ ਦੀ ਥਾਂ ਦੇ ਉੱਤੇ ਉਹਨਾਂ ਨੂੰ ਚੋਣ ਲੜਾਈ ਜਾਵੇ ਗੱਲ ਬਣਦੀ ਆ ਕਿ ਨਹੀਂ ਬਣਦੀ ਪਤਾ ਨਹੀਂ ਜਿਹੜੇ ਗੈਵਨ ਨਿਊਸ਼ਮ ਨੇ ਇਹ ਇਧਰ ਡੈਮੋਕ੍ਰੇਟਸ ਬਲੋਂ ਐਸ਼ ਵਾਰੀ ਉਮੀਦਵਾਰ ਨਹੀਂ ਪਰ 4 ਸਾਲ ਬਾਅਦ 28 ਚ ਇਹ ਕਹਿੰਦੇ ਮੇਰਾ ਇੱਛਾ ਹੈਗੀ ਆ ਵੀ ਮੈਂ ਇਲੈਕਸ਼ਨ ਲੜਾਂ ਹੋ ਸਕਦਾ ਉਦੋਂ ਬਣ ਜਾਣ ਸੋ ਹੁਣ ਜਿਹੜੀ ਉਧਰਲੇ ਪਾਸੇ ਰਾਉਂਡ ਸੈਂਟੈਂਸ ਦੀ ਆਪਣੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਚੱਲ ਰਹੀ ਆ ਤੇ ਜਿਹੜੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਦੇ ਨਾਲ ਸਿੱਧਾ ਜਿਹੜੇ ਲੀਡ ਕਰ ਰਹੇ ਆ ਉਥੇ 35 ਪਰਸੈਂਟੇਜ ਪੁਆਇੰਟ ਦੇ ਨਾਲ ਤੁਹਾਨੂੰ ਪਤਾ ਹੈ ਜਿਹੜੀ ਨਿਊਯਾਰਕ ਟਾਈਮ ਦੀ ਰਿਪੋਰਟ ਆਈ ਸੀ ਤੇ ਉਹ ਕ੍ਰਿਮੀਨਲ ਇਨਡਿਕਟਮੈਂਟ ਤੇ ਉਹ ਸਾਰਾ ਕੁਝ ਉਹਨਾਂ ਦਾ ਹੋਇਆ ਆ ਦੂਜੇ ਹੁਣ ਦੋਵੇਂ ਜਿਹੜੇ ਰਾਉਂਡ ਸੈਂਟਸ ਨੇ ਤੇ ਮਿਸਟਰ ਗੈਵਨ ਨਿਊਸਮ ਨੇ ਇਹ ਆਪਣੇ ਆਪ ਨੂੰ ਇਸ ਤਰ੍ਹਾਂ ਜਿਹੜੇ ਪ੍ਰੈਜ਼ੈਂਟ ਕਰ ਰਹੇ ਆ ਇੱਕ ਆਈਡੀਅਲ ਗਵਰਨਰ ਦੇ ਤੌਰ ਦੇ ਉੱਤੇ ਆਪਣੀ ਪਾਰਟੀ ਦੇ ਤੇ ਇਹ ਕਹਿ ਰਹੇ ਆ ਕਿ ਉਹਨਾਂ ਦੀ ਸਟੇਟ ਜਿਹੜੀ ਆ ਉਹ ਸਵਰਗ ਆ ਹੁਣ ਦੋਵੇਂ ਵੱਖਰੀ ਵੱਖਰੀ ਧੇਰਾ ਵੱਖਰੀ ਵੱਖਰੀ ਪਾਰਟੀ ਆ ਰਾਉਂਡ ਸੈਂਟਸ ਤੁਹਾਨੂੰ ਪਤਾ ਕਿ ਫਲੋਰੀਡਾ ਦੇ ਵਿੱਚ ਜਦੋਂ ਆਇਆ ਤੇ ਇਹਨਾਂ ਨੇ ਜਿਹੜਾ ਅਬੋਰਸ਼ਨ ਬੈਨ ਕੀਤਾ ਸੀ 6 ਹਫ਼ਤਿਆਂ ਦਾ ਉਹਦੇ ਤੋਂ ਬਾਅਦ 트ਾਂਸਜੈਂਡਰ ਦੇ ਰਾਈਟਸ ਨੂੰ ਰੈਸਟ੍ਰਿਕਟ ਕਰ ਦਿੱਤਾ ਫਿਰ ਇਹਨਾਂ ਨੇ ਕਿਹਾ ਸੀ ਕਿ ਜਿਹੜੀ ਪਬਲਿਕ ਹੈਲਥ ਮੈਜਰਸ ਨੂੰ ਰਿਜੈਕਟ ਕਰ ਦਿੱਤਾ ਸੀ ਐਸੇ ਤਰ੍ਹਾਂ ਹੀ ਜਿਹੜੇ ਨਿਊਸਨ ਹੈਗੇ ਆ ਉਹਨਾਂ ਨੇ ਦੂਜੇ ਪਾਸੇ ਜਿਹੜੇ ਐਕਸਟੈਂਸਿਵ ਕਲਾਈਮੇਟ ਮੈਜਰਸ ਸੀਗੇ ਫਿਰ ਇਸੇ ਤਰ੍ਹਾਂ ਕੈਲੀਫੋਰਨੀਆ ਨੂੰ ਜਿਹੜੀ ਸੈਂਕਚੂਰੀ ਬਣਾਉਣ ਦੀ ਗੱਲਬਾਤ ਕਿ ਅਬੋਰਸ਼ਨ ਐਕਸੈਸ ਹੋਵੇ ਲੋਕਾਂ ਦੇ ਲਈ ਦੋਵਾਂ ਦੀ ਗੱਲਬਾਤ ਆਪਸ ਦੇ ਵਿੱਚ ਰਲਦੀ ਨਹੀਂ ਹੈ ਬਿਨਾਂ ਸ਼ੱਕ ਜਿੱਦਾਂ ਦੋਵੇਂ ਪਾਰਟੀਆਂ ਲੱਗ ਨੇ ਤੇ ਦੋਵਾਂ ਦੇ ਆਪਣੇ ਆਪਣੇ ਵਿਚਾਰ ਵੀ ਲੱਗ ਨੇ ਪਿਛਲੇ ਸਾਲ ਗਵਰਨਰ ਗੈਵਨ ਨਿਊਸਮ ਨੇ ਐਡ ਫਲੋਰੀਡਾ ਦੇ ਵਿੱਚ ਚਲਾਈ ਸੀ ਵੋਟਰਸ ਨੂੰ ਇਹ ਦੱਸਿਆ ਸੀ ਕਿ ਫ੍ਰੀਡਮ ਇਜ਼ ਅੰਡਰ ਅਟੈਕ ਇਨ ਯੂ ਐਸ ਸਟੇਟ ਵਿ ਤੁਹਾਡੇ ਰਾਜ ਦੇ ਵਿੱਚ ਜਿਹੜੀ ਆਜ਼ਾਦੀ ਹੈ ਉਹਦੇ ਉੱਤੇ ਹਮਲਾ ਕੀਤਾ ਜਾ ਰਿਹਾ ਜੂਨ ਦੇ ਵਿੱਚ ਰਾਉਂਡ ਸੈਂਟਸ ਨੇ ਅਕਿਊਜ਼ ਕੀਤਾ ਸੀ ਗੈਵਨ ਨਿਊਸਮ ਨੂੰ ਇਹ ਕਿਹਾ ਸੀ ਕਿ ਫਲੋਰੀਡਾ ਦੇ ਵਿੱਚ ਇਹ ਫਿਕਸੇਸ਼ਨ ਕਰ ਰਹੇ ਆ ਤੇ ਜਿਹੜਾ ਅ ਬੀਜੋ ਕਰਨਾ ਚਾਹੁੰਦੇ ਆ ਤੇ ਉਹ ਫਿਰ ਜਿਹੜਾ ਅਨਾਉਂਸ ਕਰਨ ਆਪਣਾ ਚੈਲੰਜ ਪ੍ਰੈਜ਼ੀਡੈਂਟ ਬਾਈਡਨ ਦੇ ਲਈ ਦੂਜੇ ਪਾਸੇ ਜਿਹੜੇ ਇਸ ਮਾਮਲੇ ਦੇ ਵਿੱਚ ਇਸ ਵੇਲੇ ਜਿਹੜੀ ਪ੍ਰੈਜ਼ੀਡੈਂਸ਼ੀਅਲ ਰੇਸ ਆ ਉਹਦੇ ਵਿੱਚ ਨਿਊਸ਼ਮ ਐਗਜੈਕਟਲੀ ਸਪੇਅਰ ਨਹੀਂ ਕਰ ਰਹਾ ਰੌਂਡ ਸੈਂਟਰਸ ਨੂੰ ਤੇ ਉਹ ਜਿਹੜਾ ਉਹ ਕਹਿੰਦੇ ਆ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਹਾਰਨਾ ਚਾਹੀਦਾ ਆ ਸੋ ਹੁਣ ਅਮਰੀਕਾ ਦੇ ਵਿੱਚ ਇਹਨਾਂ ਦਾ ਰਾਉਂਡ ਸੈਂਟਸ ਦਾ ਵੀ ਵੱਡਾ ਨਾਮ ਆ 46ਵੇਂ ਗਵਰਨਰ ਆ ਫਲੋਰੀਡਾ ਦੇ 78 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਫਲੋਰੀਡਾ ਦੇ ਵਿੱਚ ਤੇ ਮੁੜ ਕੇ ਇਹਨਾਂ ਨੇ ਆਪਣਾ ਪਬਲਿਕ ਸਰਵਿਸ ਦੇ ਵਿੱਚ ਆਏ ਆ ਲਾ ਦੇ ਵਿੱਚ ਗਏ ਆ ਮਿਲਟਰੀ ਦੇ ਵਿੱਚ ਗਏ ਆ ਬਹੁਤ ਲੰਬਾ ਚੌੜਾ ਇਹਨਾਂ ਦਾ ਤਜਰਬਾ ਯੇਲ ਯੂਨੀਵਰਸਿਟੀ ਤੋਂ ਪੜ੍ਹਿਆ ਹਾਰਵਰਡ ਲਾ ਸਕੂਲ ਤੋਂ ਪੜ੍ਹਿਆ ਤੇ ਜੱਜ ਐਡਵੋਕੇਟ ਜਨਰਲ ਰਹੇ ਆ ਯੂਐਸ ਨੇਵੀ ਦੇ ਵਿੱਚ ਰਹੇ ਆ ਮਿਲਟਰੀ ਸਰਵਿਸ ਰਹੀ ਹੈ ਇਹਨਾਂ ਦੀ 12 ਦੇ ਵਿੱਚ ਇਹਨਾਂ ਨੇ ਸੀਟ ਜਿੱਤੀ ਸੀ ਯੂਐਸ ਹਾਊਸ ਆਫ ਰਿਪਰੈਜ਼ੈਂਟੇਟਿਵ ਦੀ ਤੇ ਫਲੋਰੀਡਾ ਦੀ ਜਿਹੜੀ 6ਥ ਕੰਗਰੈਸ਼ਨਲ ਡਿਸਟ੍ਰਿਕਟ ਆ ਉਹਨੂੰ ਰਿਪਰੈਜ਼ੈਂਟ ਕੀਤਾ ਸੀ ਉਹਦੇ ਤੋਂ ਬਾਅਦ ਕਾਫੀ ਇਹਨਾਂ ਦਾ ਨਾਂ ਥਾਂ ਹੋ ਗਿਆ 18 ਦੇ ਵਿੱਚ ਇਹ ਇਹਨਾਂ ਨੇ ਜਿਹੜਾ ਰਨ ਕੀਤਾ ਸੀ ਗਵਰਨਰ ਆਫ ਫਲੋਰੀਡਾ ਦੇ ਲਈ ਤੇ ਉਹਦੇ ਤੋਂ ਬਾਅਦ ਆਪਣੇ ਆਪ ਨੂੰ ਫੇਰ ਜਿਹੜੇ ਸਾਬਕਾ ਰਾਸ਼ਟਰਪਤੀ ਆ ਡੋਨਲਡ ਟਰੰਪ ਦੀਆਂ ਪਾਲਿਸੀਜ਼ ਦੇ ਨਾਲ ਅਲਾਈਨ ਕੀਤਾ ਜਿੱਤ ਗਏ ਭਾਵੇਂ ਨੈਰੋ ਵਿਕਟਰੀ ਸੀਗੀ ਅਰ ਉੱਥੇ ਜਿਹੜੇ ਜਿਹੜਾ ਇਹਨਾਂ ਦਾ ਕਨਸਰਵਟਿਵ ਅਜੰਡਾ ਆ ਉਹਨੂੰ ਪੂਰੀ ਤਰ੍ਹਾਂ ਇਹਨਾਂ ਨੇ ਫੋਕਸ ਕੀਤਾ ਚਾਹੇ ਟੈਕਸ ਕੱਟ ਸੀਗੇ ਚਾਹੇ ਐਜੂਕੇਸ਼ਨ ਰਿਫਾਰਮ ਸੀਗੇ ਕ੍ਰਿਮਨਲ ਜਸਟਿਸ ਸੀਗਾ ਉਹਨਾਂ ਸਾਰਿਆਂ ਦੇ ਉੱਤੇ ਪੂਰੇ ਟਿਨਿਓਰ ਦੇ ਦੌਰਾਨ ਇਹਨਾਂ ਇੱਕ ਬੜੀ ਪੋਲਰਾਈਜ਼ੇਸ਼ੀ ਪੋਲਰਾਈਜ਼ਿੰਗ ਫਿਗਰ ਰਹੀ ਹੈ ਜਿਨ੍ਹਾਂ ਨੇ ਮਤਲਬ ਖੱਬੇ ਤੇ ਸੱਜੇ ਦੇ ਵਿੱਚ ਲੋਕਾਂ ਨੂੰ ਆਮ ਤੌਰ ਤੇ ਸਿੱਧਾ ਸਿੱਧਾ ਪਿਛਲੇ ਸਮੇਂ ਦੇ ਵਿੱਚ ਵੰਡਿਆ ਜਿਨ੍ਹਾਂ ਦੇ ਨਾਲ ਇਹਨਾਂ ਦੀ ਬਹਿਸ ਹੋਣੀ ਹੈ ਜਾਂ ਡਿਬੇਟ ਦੀ ਗੱਲਬਾਤ ਹੈ ਗੈਵਨ ਨਿਊਸਨ ਤੁਹਾਨੂੰ ਪਤਾ ਵੀ ਉਹ ਵੀ 40ਵਾਂ ਗਵਰਨਰ ਆ ਆਪਣੇ ਕੈਲੀਫੋਰਨੀਆ ਦੇ ਵੱਡਾ ਨਾਂ ਆ ਇਹਨਾਂ ਦਾ ਸੈਨ ਫਰਾਂਸਿਸਕੋ ਕੈਲੀਫੋਰਨੀਆ ਦੇ ਵਿੱਚ ਇਹ ਇਹਨਾਂ ਦਾ ਕੈਰੀਅਰ ਇਹਨਾਂ ਨੇ ਐਜ਼ ਅ ਪਬਲਿਕ ਸਰਵੰਟ ਤੇ ਬਿਜ਼ਨਸਮੈਨ ਸ਼ੁਰੂ ਕੀਤਾ ਸੀ politcal journey ਇਹਨਾਂ ਦੀ ਸ਼ੁਰੂ ਹੁੰਦੀ ਹੈ ਜਦੋਂ ਸੈਨ ਫਰਾਂਸਿਸਕੋ ਦੇ ਬੋਰਡ ਆਫ ਸੁਪਰਵਾਈਜ਼ਰ ਇਹ 1998 ਦੇ ਵਿੱਚ ਇਲੈਕਟ੍ਰੋਸੀ ਤੋਂ ਬਾਅਦ ਬਹੁਤ ਜਿਹੜੀ ਨੈਸ਼ਨਲ ਅਟੈਂਸ਼ਨ ਇਧਰਲੇ ਪਾਸੇ ਚੱਲ ਗਈ ਸੀ ਗੈਵਨ ਨਿਊਸ਼ਮ ਦੇ ਵੱਲੋਂ ਜਦੋਂ ਸੈਨ ਫਰਾਂਸਿਸਕੋ ਦੇ ਵਿੱਚ ਇਹਨਾਂ ਦੇ ਟਿਨਿਓਰ ਦੇ ਦੌਰਾਨ ਇਹਨਾਂ ਨੇ ਜਿਹੜੀ ਸੇਮ ਸੈਕਸ ਮੈਰਿਜ ਸੀ ਉਹਨੂੰ ਲੀਗਲਾਈਜ਼ ਕੀਤਾ ਸੀ ਉਸ ਵੇਲੇ ਇਹਨਾਂ ਦੀ ਬਹੁਤ ਚਰਚਾ ਹੋਈ ਸੀ ਤੇ ਫੇਅਰ 2010 ਦੇ ਵਿੱਚ ਗੈਵਨ ਨਿਊਸਮ ਜਿਹੜੇ ਇਲੈਕਟ ਹੁੰਦੇ ਆ ਲੁਟਿਨੈਂਟ ਗਵਰਨਰ ਕੈਲੀਫੋਰਨੀਆ ਦੇ ਤੇ ਗਵਰਨਰ ਜੈਰੀ ਬ੍ਰਾਊਨ ਦੇ ਨਾਲ ਇਹ ਸਰਵ ਕਰਦੇ ਆ ਤੇ ਖਾਸ ਤੌਰ ਤੇ ਇਹਨਾਂ ਨੇ ਉਦੋਂ ਫੋਕਸ ਕੀਤਾ ਸੀਗਾ એનર્ਜੀ ਗਨ ਕੰਟਰੋਲ ਤੇ ਕਲਾਈਮੇਟ ਜਸਟਿਸ ਤੇ ਰਿਫਾਰਮਸ ਦੇ ਉੱਤੇ 18 ਦੇ ਵਿੱਚ ਫੇਰੇ ਜਿਹੜਾ ਆ ਇਲੈਕਸ਼ਨ ਜਿੱਤਦੇ ਆ ਤੇ ਗਵਰਨਰ ਬਣਦੇ ਆ ਕੈਲੀਫੋਰਨੀਆ ਦੇ ਹੁਣ ਦੋ ਵੱਡੇ ਸ਼ਾਸਕਦਾਨ ਅਮਰੀਕਾ ਦੇ ਦੋਵੇਂ ਇੱਕ ਖੱਬੇ ਪੱਖੀ ਇੱਕ ਸੱਜੇ ਪੱਖੀ ਇੱਕ ਕਨਜ਼ਰਵਟਿਵ ਤੇ ਦੂਜਾ ਲਿਬਰਲ ਇੱਕ ਡੈਮੋਕ੍ਰੇਟ ਤੇ ਦੂਜਾ ਜਿਹੜਾ ਰਿਪਬਲਿਕਨ ਇਹਨਾਂ ਦੇ ਵਿੱਚ ਜਿਹੜੀ ਬਹਿਸ ਤੇ ਬਹਿਸ ਕਰਾਉਣ ਵਾਲੇ ਤੁਹਾਨੂੰ ਪਤਾ ਜਿੱਦਾਂ ਦੱਸਿਆ ਕਿ ਸ਼ਾਨ ਪੈਟ੍ਰਿਕ ਹੈਨਿਟੀ ਕਨਜ਼ਰਵਟਿਵ ਪੋਲਿਟਿਕਲ ਕਮੈਂਟੇਟਰ ਉਹਨਾਂ ਦੇ ਵਿੱਚ ਮੰਨਣਾ ਇਹਨਾਂ ਦਾ ਜਿਹੜਾ ਸ਼ਾਨ ਹੈਨਿਟੀ ਸ਼ੋ ਤੇ ਇਹਨਾਂ ਦਾ ਟਾਕ ਸ਼ੋਅ ਖਾਸ ਤੌਰ ਦੇ ਉੱਤੇ ਉੱਥੇ ਜਾਂਦੇ ਆ ਇਹ ਤੇ ਕੀ ਇਹਦੇ ਵਿੱਚੋਂ ਬਣਦਾ ਇਹ ਇੱਕ ਬਹੁਤ ਦਿਲਚਸਪ ਮਾਮਲਾ ਜਿਹੜਾ ਹੋਊਗਾ ਜਿਹੜਾ ਦੇਖਿਆ ਜਾਊਗਾ ਥੋੜੇ ਦਿਨ ਪਹਿਲਾਂ ਦੋਸਤੋ ਤੁਹਾਡੇ ਨਾਲ ਅਸੀਂ ਇੱਕ ਖਬਰ ਸਾਂਝੀ ਕੀਤੀ ਸੀ ਕਿ ਕੈਨੇਡਾ ਦੇ ਲੋਕਾਂ ਦੇ ਲਈ ਜਿਹੜਾ ਯੂਰਪ ਦੇ ਵਿੱਚ ਜਾਣ ਦੇ ਲਈ ਕੁਝ ਉਹਨਾਂ ਨੇ ਫਿਕਸ ਕਰ ਦਿੱਤੀਆਂ ਵੀ ਤੁਹਾਨੂੰ ਕੁਝ ਡਾਕੂਮੈਂਟਸ ਲੈਣੇ ਪੈਣਗੇ ਤੁਸੀਂ ਸਿੱਧੇ ਨਹੀਂ ਜਾ ਸਕਦੇ ਕਿ ਦੇ ਨਾਲ ਨਾਲ ਹੀ ਅਮਰੀਕਾ ਦੇ ਲਈ ਵੀ ਇਹੀ ਚੀਜ਼ ਯੂਰਪੀਅਨ ਯੂਨੀਅਨ ਨੇ ਲਾਗੂ ਕਰ ਦਿੱਤੀ ਹੈ ਅੱਗੇ ਜਿਹੜਾ ਅਮਰੀਕਾ ਦੇ ਵਿੱਚ ਰਹਿੰਦਾ ਉਸ ਬੰਦੇ ਨੇ ਜੇਕਰ ਯੂਰਪ ਕੋਲ ਮ ਜਾਣਾ ਤੇ ਉਹਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਪੈਂਦੀ ਉਹ ਸਿੱਧਾ ਤੁਸੀਂ ਜਾ ਸਕਦੇ ਹੋ ਉੱਥੇ ਟਿਕਟ ਲੈ ਕੇ ਹੁਣ ਇੰਦਾ ਨਹੀਂ ਆ ਕਿ ਤੁਸੀਂ ਟਿਕਟ ਬੁੱਕ ਕੀਤੀ ਤੇ ਯੂਰਪ ਦੇ ਜਿਹੜੇ ਮਰਜੀ ਦੇਸ਼ ਦੇ ਵਿੱਚ ਚਲੇ ਜਾਓ ਤੁਹਾਨੂੰ ਉੱਥੇ ਜਾਣ ਤੋਂ ਪਹਿਲਾਂ ਇੱਕ ਪਰਮਿਸ਼ਨ ਲੈਣੀ ਪਊਗੀ ਉਹ ਪਰਮਿਸ਼ਨ ਜਿਹੜੀ ਬਹੁਤ ਇੰਪੋਰਟੈਂਟ ਆ ਤੇ ਉਹਦੇ ਤੋਂ ਬਿਨਾ ਤੁਸੀਂ ਨਹੀਂ ਜਾ ਸਕਦੇ ਤੇ ਉਹ ਤੁਹਾਨੂੰ ਜਿਹੜੀ 24 ਤੋਂ ਜੇਕਰ ਤੁਸੀਂ ਜਾਣਾ ਹੁਣ ਨਹੀਂ ਮਤਲਬ 24 ਤੋਂ 24 ਤੋਂ ਇਹ ਲਾਗੂ ਕਰ ਦੇਣਾ ਇਹਨਾਂ ਨੇ ਤੁਹਾਨੂੰ অথরাইゼਸ਼ਨ ਲੈਣੀ ਪਊਗੀ ਟਰੈਵਲ ਕਰਨ ਦੇ ਲਈ ਯੂਰਪੀਅਨ ਯੂਨੀਅਨ ਦੀ ਕਿਸੇ ਵੀ ਦੇਸ਼ ਦੇ ਵਿੱਚ ਜੇ ਤੁਸੀਂ ਯੂਨਾਈਟਿਡ ਸਟੇਟਸ ਤੋਂ ਜਾ ਰਹੇ ਹੋ ਤੇ ਤੁਹਾਨੂੰ ਸਿਕਿਉਰਿਟੀ ਨਹੀਂ ਬਹੁਤ ਜ਼ਿਆਦਾ ਹੋਊਗੀ ਤੁਹਾਡੀ ਯੂਰਪੀਅਨ ਬਾਰਡਰ ਦੇ ਉੱਤੇ ਅਫੀਸ਼ੀਅਲਸ ਇਹ ਦੱਸ ਰਹੇ ਆ ਯੂਨਾਈਟਿਡ ਸਟੇਟਸ ਸਿਟੀਜ਼ਨ ਜਿਹੜੇ ਆ ਇਹਦੀ ਰਿਕਵੈਸਟ ਕਰ ਸਕਦੇ ਪਹਿਲਾਂ ਨਾ ਜਿਹੜਾ ਇਹਨਾਂ ਦਾ ਆ অথরাইゼਸ਼ਨ ਫਾਰ ਟਰੈਵਲ ਟੂ ਯੂਰਪ ਯੂਨੀਅਨ ਔਰ ਜਿਹੜਾ ਸ਼ੇਨਗਨ ਮੈਂਬਰ ਕੰਟਰੀਜ਼ ਆ ਅਮਰੀਕਾ ਸਿਟੀਜ਼ਨ ਨੂੰ ਇੱਕ ਡਿਟੇਲਡ ਐਪਲੀਕੇਸ਼ਨ ਦੇਣੀ ਪਊਗੀ ਸਬਮਿਟ ਕਰਨੀ ਪਊਗੀ ਇੱਕ ਨਵਾਂ ਇਲੈਕਟ੍ਰੋਨਿਕ ਪੋਰਟਲ ਉਹਨਾਂ ਨੇ ਡਿਵੈਲਪ ਕੀਤਾ ਉਹਨੂੰ ਇਹ ਕਹਿੰਦੇ ਆ ਯੂਰੋਪੀਅਨ ਟਰੈਵਲ ਇਨਫੋਰਮੇਸ਼ਨ ਐਂਡ অথরাইゼਸ਼ਨ ਸਿਸਟਮ ਏਟੀਆ ਈਟੀਆਈਐਸ ਦ ਯੂਰੋਪੀਅਨ ਟ੍ਰੈਵਲ ਇਨਫੋਰਮੇਸ਼ਨ ਐਂਡ ਆਥਰਾਇਜ਼ੇਸ਼ਨ ਸਿਸਟਮ ਇਹ ਕੀ ਆ ਕਿ ਉਹਦੇ ਉੱਤੇ ਇੱਕ ਫਾਰਮ ਪਰ ਫਾਰਮ ਭਰ ਕੇ ਉਹਨਾਂ ਨੂੰ ਭੇਜੋ ਉਸ ਤੋਂ ਬਾਅਦ ਤੁਹਾਨੂੰ ਪਰਮਿਸ਼ਨ ਦੇਣਗੇ ਪਰਮਿਸ਼ਨ ਜੇ ਦਿੰਦੇ ਆ ਫਿਰ ਤੁਸੀਂ ਯੂਰਪ ਦੇ ਵਿੱਚ ਜਾ ਸਕਦੇ ਨਹੀਂ ਤੇ ਨਹੀਂ ਜਾ ਸਕਦੇ ਭਾਵੇਂ ਤੁਹਾਡੇ ਕੋਲ ਗ੍ਰੀਨ ਕਾਰਡ ਆ ਜਾਂ ਸਿਟੀਜ਼ਨ ਤੁਸੀਂ ਅਮਰੀਕਨ ਪਾਸਪੋਰਟ ਤੁਹਾਡੇ ਕੋਲ ਹੈਗਾ ਕੈਨੇਡਾ ਦੇ ਲਈ ਵੀ ਇਹੀ ਕੁਛ ਇਹਨਾਂ ਨੇ ਉਸ ਦਿਨ ਕੀਤਾ ਸੀ ਤੇ ਹੁਣ ਇਸ ਗੱਲ ਦੀ ਬਹੁਤ ਚਰਚਾ ਹੋ ਰਹੀ ਆ ਵੀ ਅਮਰੀਕਾ ਦੇ ਲਈ ਕਿਉਂ ਕੀਤਾ ਗਿਆ ਇਹ ਇਹਦਾ ਕਾਰਨ ਕੀ ਆ ਇਹ ਐਪਲੀਕੇਸ਼ਨ ਜਿਹੜੀ ਆ 17 ਸਾਲ ਤੋਂ ਤੁਹਾਡੀ ਉਮਰ ਘੱਟ ਆ ਤੇ 70 ਸਾਲ ਤੋਂ ਜੇ ਤੁਹਾਡੀ ਉਮਰ ਵੱਧ ਆ ਫੇ ਤੁਹਾਡੀ ਫੀਸ ਨਹੀਂ ਲੱਗੂਗੀ ਅਦਰਵਾਈਜ਼ ਇਹਦੇ 7 ਯੂਰੋ ਲੱਗਦੇ ਆ ਉਹ ਜਿਹੜੇ 17 ਸਾਲ ਤੋਂ ਥੱਲੇ ਤੇ 70 ਸਾਲ ਤੋਂ ਉੱਪਰ ਵਾਲਿਆਂ ਨੂੰ ਸਿਰਫ ਫੀਸ ਮਾਫ ਆ ਫਾਰਮ ਉਹਨਾਂ ਨੂੰ ਵੀ ਭਰਨਾ ਪੈਣਾ ਆ ਗਿਆ ਉਹਨਾਂ ਨੂੰ ਵੀ ਲੈਣੀ ਪੈਣੀ ਆ ਤੇ ਯੂਰੋਪੀਅਨ ਕੰਟਰੀਜ਼ ਜਿਹੜੀ ਇਹਦੇ ਵਿੱਚ ਕਰ ਰਹੇ ਆ ਜਿਹੜੀਆਂ ਹੈਗੀਆਂ ਆਸਟਰੀਆ ਬੈਲਜੀਅਮ ਬੁਲਗਾਰੀਆ ਇਸੇ ਤਰ੍ਹਾਂ ਸਾਈਪਰਸ ਡੈਨਮਾਰਕ ਐਸਟੋਨੀਆ ਫਿਨਲੈਂਡ ਫ੍ਰਾਂਸ ਜਰਮਨੀ ਗ੍ਰੀਸ ਸੰਗਰੀ ਆਈਸਲੈਂਡ ਇਟਲੀ ਲਵਾਟਿਆ ਜਿਹੜੀ ਜਿਹੜੀਆਂ ਦੂਜੀਆਂ ਨੇ ਮਾਲਟਾ ਨੈਦਰਲੈਂਡ ਨਾਰਵੇ ਪੋਲੈਂਡ ਪੁਰਤਗਾਲ ਰូមਾਨੀਆ ਸਲਵਾਕੀਆ ਸਪੇਨ ਸਵੀਡਨ ਸਵਿਟਜ਼ਰਲੈਂਡ ਇਹ ਸਾਰੀਆਂ ਜਿਹੜੀਆਂ ਕੰਟਰੀਜ਼ ਨੇ ਜੇ ਤੁਸੀਂ ਇੱਥੇ ਜਾਣਾ ਹੈ ਤਾਂ ਤੁਹਾਨੂੰ ਇਹ ਕਾਗਜ਼ ਲੈਣਾ ਪਊਗਾ ਇਸੇ ਤਰ੍ਹਾਂ ਜਿਹੜੀਆਂ ਜਿਹੜੀਆਂ ਕੁਝ ਮਾਈਕਰੋ ਸਟੇਟਸ ਨੇ ਉੱਥੇ ਜਿੱਦਾਂ ਜਿਹੜੇ ਆਪਣੇ ਇਥੇ ਵੈਟिकन ਸਿਟੀ ਆ ਉੱਥੇ ਜਾਣਾ ਤਾਂ ਤੁਹਾਨੂੰ ਫੇਰ ਵੀ ਇਹ ਜਿਹੜੀਆਂ ਜਿਹੜੀਆਂ ਯੂਰੋਪੀਅਨ ਮਾਈਕਰੋ ਸਟੇਟਸ ਆ ਉਹਦੇ ਲਈ ਵੀ ਇਹ ਲੈਣਾ ਪਊਗਾ ਹੁਣ ਜੇ ਤੁਸੀਂ ਉੱਥੇ ਬਾਰਡਰ ਦੇ ਉੱਤੇ ਪਹੁੰਚਦੇ ਆਂ ਤੇ ਤੁਹਾਨੂੰ ਇਹ ਜਿਹੜਾ ਦਿੱਤਾ ਜਿਹੜੀਆਂ ਕੰਟਰੀਆਂ ਦੇ ਲਈ ਦਿੱਤਾ ਗਿਆ ਉੱਥੇ ਪੁੱਛਣਗੇ ਤੁਹਾਡੀ ਸਕਿਉਰਿਟੀ ਜ਼ਿਆਦਾ ਹੋਊਗੀ ਬਾਰਡਰ ਇਮੀਗ੍ਰੇਸ਼ਨ ਅਫੀਸ਼ਰ ਦੇ ਉੱਤੇ ਤੇ ਐਵੀਡੈਂਸ ਤੁਹਾਡਾ ਇਹ ਅਥੋਰਾਈਜ਼ੇਸ਼ਨ ਲਈ ਤੁਹਾਡੇ ਕੋਲ ਹੋਣਾ ਚਾਹੀਦਾ ਇਸ ਪਾਸਪੋਰਟ ਦੇ ਨਾਲ ਤੇ ਤੁਹਾਡੇ ਜਿਹੜੇ ਮਤਲਬ ਤੁਹਾਨੂੰ ਹੁਣ ਉਹ ਜਦੋਂ ਤੁਸੀਂ ਫਾਰਮ ਭਰੋਗੇ ਉੱਥੇ ਇਹਨਾਂ ਨੇ ਸਾਰਾ ਕੁਝ ਹੀ ਪੁੱਛਣਾ। ਉਹੀ ਗੱਲਾਂ ਜਿਹੜੀਆਂ ਜਦੋਂ ਆਪਾਂ ਕੋਤੇ ਵੀਜ਼ਾ ਲੈਣਾ ਹੋਵੇ ਕਿਸੇ ਹੋਰ ਦੇਸ਼ ਦਾ ਤੇ ਉੱਥੋਂ ਪਹਿਲਾਂ ਪੁੱਛਦੇ ਤੁਸੀਂ ਕਿੱਥੇ ਚੱਲੇ ਕਿਉਂ ਚੱਲੇ ਆ ਹਾਟਲ ਕਿਹੜਾ ਆ ਕਿੱਥੇ ਰੈਜ਼ਰਵੇਸ਼ਨ ਆ ਤੁਹਾਡੀ ਇਨਵੀਟੇਸ਼ਨ ਲੈਟਰ ਕੀ ਆ ਕਿਹੜੇ ਕੰਮ ਦੇ ਲਈ ਜਾ ਰਹੇ ਹੋ ਤੁਹਾਡੇ ਆਈਟਿਨਰੀ ਕੀ ਆ ਬਿਜ਼ਨਸ ਮੀਟਿੰਗ ਕਿੱਥੇ ਹੋਣੀ ਕਾਨਫਰੰਸ ਕਿਹੜੀ ਅਟੈਂਡ ਕਰਨੀ ਆ ਤੁਸੀਂ ਕੋ ਮੈਡੀਕਲ ਰੀਜਨਲੀ ਜਾ ਰਹੇ ਆ ਤੇ ਤੁਹਾਡਾ ਮੈਡੀਕਲ ਰਿਕਾਰਡ ਕਿੱਥੇ ਆ ਹੈਲਥ ਇੰਸ਼ੋਰੈਂਸ ਦਾ ਪ੍ਰੂਫ ਕਿੱਥੇ ਆ ਉਹ ਸਾਰਾ ਕੁਝ ਪੁੱਛਣ ਮਫਰਦਾਂ ਸ਼ੁਰੂ ਹੋਏ ਅਗਲੇ ਸਾਲ ਤੋਂ ਹੋਣਾ ਆ ਤੇ ਪਰ ਇਹ ਇਹ ਦੂਜੇ ਪਾਸੇ ਦੇਖਿਆ ਜਾਵੇ ਤੇ ਕਿ ਨਵੀਂ ਗੱਲ ਨਹੀਂ ਆ ਕੋਈ ਜਿਹੜਾ ਮਤਲਬ ਯੂਕੇ ਦਾ ਸਿਟੀਜ਼ਨ ਆ ਉਹਨੇ ਅਮਰੀਕਾ ਦੇ ਵਿੱਚ ਆਉਣਾ ਤੇ ਉਹ ਸਿੱਧਾ ਨਹੀਂ ਆ ਸਕਦਾ ਪਾਸਪੋਰਟ ਦੇ ਉੱਤੇ ਉਹਨੂੰ ਪਹਿਲਾਂ ਆਥਰਾਇਜ਼ੇਸ਼ਨ ਲੈਣੀ ਪੈਂਦੀ ਬਿਲਕੁਲ ਇਦਾਂ ਦੀ ਜਿਹੜੀ ਯੂਰਪ ਨੇ ਸ਼ੁਰੂ ਕੀਤੀ ਆ ਹਾਂ ਤੇ ਹਾਲਾਂਕਿ ਜਿਹੜਾ ਯੂਕੇ ਆ ਉਹ ਐਗਜ਼ੈਂਪਟਡ ਆ ਇਹ ਸਾਰੇ ਕੁਝ ਤੋਂ ਕਿਉਂਕਿ ਯੂਰਪੀਅਨ ਯੂਨੀਅਨ ਚੋਂ ਬਾਹਰ ਹੋ ਗਿਆ ਸੀ ਇਸ ਕਰਕੇ ਉਹਦੇ ਲਈ ਨਹੀਂ ਆ ਇਹ ਬਾਕੀਆਂ ਦੇ ਲਈ ਇਹ ਹੈਗੀ ਆ ਹੈ ਤੇ ਇੱਕ ਪੇਪਰ ਹੀ ਮਿਲਦੀ ਜਾਂਦਾ ਔਰ ਉਹ ਕੁਝ ਮਿੰਟਾਂ ਦੇ ਵਿੱਚ ਹੀ ਦੇ ਦਿੰਦੇ ਆ ਸਿਰਫ ਤੁਸੀਂ ਆਪਣਾ ਡਿਟੇਲ ਹੀ ਦੇਣੀ ਆ ਸਿਰਫ ਉਹਨਾਂ ਨੇ ਤੁਹਾਡਾ ਹਿਸਾਬ ਕਿਤਾਬ ਵੀ ਰੱਖਣਾ ਪਰ ਫਿਰ ਵੀ ਇਸ ਗੱਲ ਦੇ ਨਾਲ ਕਿਤੇ ਨਾ ਕਿਤੇ ਜਿਹੜੀ ਥੋੜੀ ਜੀ ਗੱਲਬਾਤ ਚਿੰਤਾ ਲੋਕਾਂ ਦੇ ਵਿੱਚ ਹੈਗੀ ਆ ਕਿ ਇਹ ਇੱਕ ਨਵਾਂ ਜਿਹੜਾ ਕੰਮ ਕਰ ਰਿਹਾ ਉਹ ਕਿਉਂ ਸ਼ੁਰੂ ਕੀਤਾ ਗਿਆ ਅਗਲੀ ਗੱਲਬਾਤ ਦੋਸਤੋ ਜਿਹੜੇ ਮਾਈਗ੍ਰੈਂਟਸ ਅਮਰੀਕਾ ਦੇ ਵਿੱਚ ਆ ਰਹੇ ਅੱਜ ਉਹਨਾਂ ਦੀ ਚਰਚਾ ਚੱਲ ਰਹੀ ਹੈ ਅੱਜ ਨਿਊਯਾਰਕ ਪਾਸੇ ਮਨਹਾਰਟਨ ਦੇ ਵਿੱਚ ਜਿਹੜੀਆਂ ਸੜਕਾਂ ਦੇ ਉੱਤੇ ਸਟਰੀਟ ਦੇ ਉੱਤੇ ਲੋਕਾਂ ਦੀ ਗਿਣਤੀ ਵਧ ਰਹੀ ਹੈ ਲੋਕ ਲੰਮੇ ਪਏ ਆ ਸੁੱਤੇ ਪਏ ਆ ਉੱਥੇ ਆਉਂਦੇ ਆ ਉਹਦੇ ਬਾਰੇ ਸਵਾਲ ਜਿਹੜੇ ਇਸ ਵੇਲੇ ਹੋ ਰਿਹਾ ਕਈ ਫੋਟੋ ਕਈ ਵੀਡੀਓ ਕਈ ਇੰਟਰਵਿਊ ਜਿਹੜੀਆਂ ਸਟਰੀਟ ਦੇ ਉੱਤੇ ਮਨਹਾਰਟਨ ਮਿਡ ਟਾਊਨ ਦੇ ਵਿੱਚ ਜਿਹੜੀਆਂ ਸਾਹਮਣੇ ਆ ਰਹੀਆਂ ਜਿਹਦੇ ਵਿੱਚ ਆਨਲਾਈਨ ਸਰਕੂਲੇਟ ਹੋ ਰਹੀਆਂ ਨੇ ਨੈਸ਼ਨਲ ਮੀਡੀਆ ਸਰਕੂਲੇਟ ਕਰ ਰਿਹਾ ਇਹਨਾਂ ਨੂੰ ਨਵੇਂ ਜਿਹੜੇ ਲੋਕ ਇ ਤੇ ਉਹ ਮਤਲਬ ਜਿਹੜੇ ਗੱਤੇ ਦੇ ਬਣਾ ਕੇ ਬੈੱਡ ਜੇ ਥੱਲੇ ਉਹ ਗੱत्ता ਸੜਕ ਦੇ ਉੱਤੇ ਪਾ ਕੇ ਤੇ ਉਹਦੇ ਉੱਤੇ ਸੌਂ ਰਹੇ ਆ ਤੇ ਲਗਾਤਾਰ ਜਿਹੜਾ ਵਾਰਨ ਕੀਤਾ ਜਾ ਰਿਹਾ ਕਿ ਇਹਨਾਂ ਲਈ ਇੱਥੇ ਜਗ੍ਹਾ ਨਹੀਂ ਹੈ ਤੁਹਾਨੂੰ ਪਤਾ ਪਿਛਲੇ ਸਮੇਂ ਦੇ ਵਿੱਚ ਜਿਹੜੇ ਬਾਹਰੋਂ ਆਉਣ ਵਾਲੇ ਇਹਨਾਂ ਲੋਕਾਂ ਦੇ ਲਈ ਫਲਾਇਰ ਵੀ ਬੰਡੇ ਗਏ ਸੀ ਵੀ ਇੱਥੇ ਨਾ ਉਹ ਇੱਥੇ ਕੁਝ ਨਹੀਂ ਆ ਤੁਹਾਡਾ ਸੋ ਇਹ ਜਿਹੜੀਆਂ ਤਸਵੀਰਾਂ ਆ ਉਹ ਸਾਹਮਣੇ ਆ ਰਹੀਆਂ ਆ ਤੇ ਜਿਹੜੀਆਂ ਕਿਤੇ ਨਾ ਕਿਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਸਿੱਧੀ ਕਾਰਵਾਈ ਦੇ ਲਈ ਕਹਿ ਰਹੇ ਆ ਕਿ ਕੋਈ ਨਾ ਕੋਈ ਇਹਦੇ ਵਿੱਚ ਜਿਹੜੀ ਨੈਸ਼ਨਲ ਇਮੀਗ੍ਰੇਸ਼ਨ ਪ੍ਰੋਬਲਮ ਆ ਇਹਦਾ ਕੋਈ ਨਾ ਕੋਈ ਕੰਗਰੈਸ਼ਨਲ ਸੋਲੂਸ਼ਨ ਹੋਣਾ ਚਾਹੀਦਾ ਨਹੀਂ ਤਾਂ ਇਹ ਸਮੱਸਿਆ ਬਹੁਤ ਵੱਡੀ ਬਣਦੀ ਜਾ ਰਹੀ ਆ ਦੂਜਾ ਇਹ ਕਿਹਾ ਜਾ ਰਿਹਾ ਜਾਂ ਇਲਜ਼ਾਮ ਸਿੱਧਾ ਵਾਈਟ ਹਾਊਸ ਦੇ ਉੱਤੇ ਜਾਂ ਇਹਨਾਂ ਦੇ ਉੱਤੇ ਬਾਰਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਲਾ ਰਿਹਾ ਕਿ ਲਾਇਆ ਜਾ ਰਿਹਾ ਵੀ ਇਹ ਬੰਦੇ ਫਾਈਨੈਂਸ਼ੀਅਲ ਐਡ ਸਾਨੂੰ ਦੇ ਨਹੀਂ ਰਹਿ ਬੰਦੇ ਸਦਨੇ ਤੁਸੀਂ ਛੱਡੀ ਜਾਓ ਜਿੰਨੇ ਵੀ ਆ ਰਹੇ ਆ ਪਰ ਉਹਦੇ ਬੰਦੇ ਫਾਈਨੈਂਸ਼ੀਅਲ ਐਡ ਤਾਂ ਦਿੱਤੀ ਜਾਵੇ 93000 ਮਾਈਗ੍ਰੈਂਟਸ ਇਸ ਸ਼ਹਿਰ ਦੇ ਵਿੱਚ ਪਿਛਲੀ ਸਪ੍ਰਿੰਗ ਦੇ ਵਿੱਚ ਆਇਆ ਤੇ ਅੱਧੇ ਜਿਹੜੇ ਆ ਉਹ ਕੇਅਰ ਦੇ ਵਿੱਚ ਹੈਗੇ ਆ ਸੋ ਜਿਹੜੀਆਂ ਇਹ ਬਾਰਡਰਿੰਗ ਸਟੇਟਸ ਆ ਇਹਨਾਂ ਨੂੰ ਜ਼ਿਆਦਾ ਮਨੀ ਮਿਲਣੀ ਚਾਹੀਦੀ ਆ ਜ਼ਿਆਦਾ ਪੈਸਾ ਮਿਲਣਾ ਚਾਹੀਦਾ ਤਾਂ ਕਿ ਜਿਹੜਾ ਉਹਨਾਂ ਲੋਕਾਂ ਨੂੰ ਕੁਛ ਨਾ ਕੁਛ ਕੀਤਾ ਜਾ ਸਕੇ ਸੋਮਵਾਰ ਨੂੰ ਇਹਨਾਂ ਨੇ ਜਿਹੜੀ ਗੱਲਬਾਤ ਦੱਸੀ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਉਹਦੇ ਵਿੱਚ ਦੱਸਿਆ ਕਿ ਨਿਊਯਾਰਕ ਸ਼ਹਿਰ ਦੇ ਵਿੱਚ 30 ਮਿਲੀਅਨ ਡਾਲਰ ਫੈਡਰਲ ਜਿਹੜੀ ਹੁਣ ਤੱਕ ਆਈ ਆ ਤੇ ਇਹ ਜਿਹੜੀ ਅਗਲੀ ਸਮਰ ਤੱਕ 4.2 ਬਿਲੀਅਨ ਡਾਲਰ ਕਾਸਟ ਜਿਹੜੀ ਹੋਊਗੀ ਇੰਨੀ ਮੰਨੀ ਜਾ ਰਹੀ ਹੈ ਮੇਅਰ ਤੇ ਦੂਜੇ ਜਿਹੜੇ ਡੈਮੋਕ੍ਰੇਟਸ ਹੈਗੇ ਆ ਉਹਨਾਂ ਨੇ ਇਹਨੂੰ ਦੱਸਿਆ ਕਿ ਜਿਹੜੇ ਰਿਪਬਲਿਕਨ ਗਵਰਨਰ ਗ੍ਰੈਗ ਐਬਰਟ ਨੇ ਟੈਕਸਸ ਦੇ ਤੇ ਰੌਂਡ ਸੈਂਟਰਸ ਨੇ ਫਲੋਰੀਡਾ ਦੇ ਕਿੱਦਾਂ ਉਹਨਾਂ ਨੇ ਬਸ ਭਰ ਕੇ ਤੇ ਜਹਾਜ਼ਾਂ ਦੇ ਜਹਾਜ਼ ਇਹਦੇ ਲਈ ਪਾਸੇ ਭੇਜ ਰਹੇ ਆ ਨਿਊਯਾਰਕ ਦੇ ਵਿੱਚ ਤੇ ਇਹ ਸਿਰਫ ਸਿਰਫ ਇੱਕ ਪੋਲਿਟੀਕਲ ਸਟੰਟ ਆ ਇਹ ਨਹੀਂ ਕਰਨਾ ਚਾਹੀਦਾ ਪਰ ਜਿਹੜੇ ਵਿਜ਼ੂਅਲਸ ਨੇ ਮਾਈਗ੍ਰੈਂਟਸ ਜਿਹੜੇ ਕਾਰਡਬੋਰਡ ਦੇ ਉੱਤੇ ਸੌ ਰਹੇ ਆ ਜਾਂ ਬਾਕਸਾਂ ਦੇ ਉੱਤੇ ਜਾਂ ਵੈਨਾਂ ਦੇ ਬਾਹਰ ਨਿਊਯਾਰਕ ਜਿਹੜਾ ਰਜ਼ਰਟ ਹੋਟਲ ਆ ਉਹ ਵੀ ਧਿਆਨ ਮੰਗ ਰਹੇ ਆ ਸ ਵੀ ਜਾਂ ਤਾਂ ਉਹ ਵੀ ਪਤਾ ਲੱਗੇ ਵੀ ਇਹ ਆ ਕਿੱਥੋਂ ਰਹੇ ਆ ਆ ਰਿਪਬਲਿਕਨ ਸਟੇਟਸ ਦੇ ਵਿੱਚ ਰਹੇ ਆ ਆ ਡੈਮੋਕ੍ਰੇਟ ਸਟੇਟਸ ਦੇ ਵਿੱਚ ਰਹੇ ਆ ਤਸਵੀਰਾਂ ਇੱਥੇ ਵਾਲੀਆਂ ਵਾਇਰਲ ਹੋ ਰਹੀਆਂ ਸੋ ਕਿਤੇ ਨਾ ਕਿਤੇ ਇਹ ਇੱਕ ਪੋਲਿਟਿਕਲ ਖਿੱਦੋਖੰਡੀ ਜਿਹੜੇ ਆ ਖੇਡੀ ਜਾ ਰਹੀ ਆ ਮਾਈਗ੍ਰੈਂਟਸ ਦੇ ਨਾਲ ਉਹ ਕਹਿੰਦੇ ਜੀ ਇਹ ਸਾਡੀ ਪ੍ਰੋਬਲਮ ਨਹੀਂ ਆ ਤੇ ਉਹ ਕਹਿੰਦੇ ਆ ਸਾਡੀ ਪ੍ਰੋਬਲਮ ਨਹੀਂ ਆ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਇਹ ਸਮੱਸਿਆ ਜਿਹੜੇ ਅਨ ਡਾਕੂਮੈਂਟ ਇਮੀਗ੍ਰੇਸ਼ਨ ਆ ਦੇਸ਼ ਦੇ ਵਿੱਚ ਜਾਂ ਜਿਹੜੇ ਇਹ ਲੋਕ ਜ਼ਿਆਦਾ ਇੱਥੇ ਆ ਰਹੇ ਆ ਇਹਨਾਂ ਦਾ ਕੋਈ ਨਾ ਕੋਈ ਪ੍ਰਬੰਧ ਨਾ ਹੋਣਾ ਤੇ ਇਹ ਬਹੁਤ ਜ਼ਿਆਦਾ ਇੱਕ ਵੱਡੀ ਸਮੱਸਿਆ ਆ ਸ਼ਿਲ ਹੈਗੀ ਹੋਰ ਇਹਨਾਂ ਦੀ ਗਿਣਤੀ ਕਈ ਮਿਲੀਅਨਸ ਦੇ ਵਿੱਚ ਆ ਸੜਕਾਂ ਦੇ ਉੱਤੇ ਸੌ ਰਹੇ ਲੋਕ ਕਿਤੇ ਨਾ ਕਿਤੇ ਅਮਰੀਕਾ ਦੇ ਲਈ ਇੱਕ ਬਹੁਤ ਵੱਡੀ ਸਮੱਸਿਆ ਬਣ ਰਹੇ ਆ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਤਨਾਂ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ